ਆਈਬੀਐਸ ਰਿਕਾਰਡਸ ਦਾ ਧਾਰਮਿਕ ਉਪਰਾਲਾ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਇਹ ਉਹ ਸ਼ਹੀਦੀ ਦਿਹਾੜੇ ਹਨ ਉਹ ਸ਼ਹੀਦੀਆਂ ਹਨ ਜਿੰਨਾ ਸ਼ਹੀਦੀਆਂ ਦੇ ਤੁਲ ਹੋਰ ਕੋਈ ਚੀਜ਼ ਨਹੀਂ ਹੈ ਹੋਰ ਕੋਈ ਚੀਜ਼ ਨਹੀਂ ਹੈ ਤੇ ਮੈਂ ਇੱਕ ਬੇਨਤੀ ਕਰਾਂ ਜੇ ਅਸੀਂ ਇਹਨਾਂ ਸ਼ਹੀਦੀਆਂ ਨੂੰ ਇੱਕ ਵਾਰੀ ਵਿਚਾਰ ਲਈਏ ਨਾ ਇੱਕ ਵਾਰੀ ਵਿਚਾਰ ਲਈਏ ਤੇ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਸਾਡੇ ਝਗੜੇ ਕਲੇਸ਼ ਖਤਮ ਹੋ ਸਕਦੇ ਆ ਸਾਨੂੰ ਸਦੀਵ ਸੁਖ ਮਿਲ ਸਕਦਾ ਹੈ ਇਹ ਸ਼ਹੀਦੀਆਂ ਕੋਈ ਆਮ ਸ਼ਹੀਦੀਆਂ ਨਹੀਂ ਨੇ ਇਹ ਉਹ ਸ਼ਹੀਦੀਆਂ ਨੇ ਸਾਡੇ ਬਾਬਿਆਂ ਦੀਆਂ ਸ਼ਹੀਦੀਆਂ ਬਾਬੇ ਬਾਬੇ ਕਹਿ ਕੇ ਸਤਕਾਰਿਆ ਗਏ ਇੱਕ 7 ਸਾਲ ਦੇ ਬੱਚੇ ਨੂੰ ਇੱਕ 9 ਸਾਲ ਦੇ ਬੱਚੇ ਨੂੰ ਬਾਬਾ ਅਜੀਤ ਸਿੰਘ ਜੀ ਬਾਬਾ ਜੋਹਾਰ ਸਿੰਘ ਜੀ ਬਾਬਾ ਜੂਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹ ਚਾਰ ਬਾਬੇ ਸਾਡੇ ਹਾਸਤੇ ਪੂਰਨੇ પાਕੇ ਚਲੇ ਗਏ ਕਿ ਸੱਚ ਤੇ ਕਿਦਾਂ ਪਹਿਰਾ ਦੇਈਦਾ ਹੈ ਮੈਂ ਇਹਨਾਂ ਦੇ ਸ਼ਿਫਤ ਸਲਾਹ ਦੇ ਕੁਝ ਚੰਦ ਲਫ਼ਜ਼ ਤੁਹਾਡੀ ਝੋਲੀ ਵਿੱਚ ਪਾਉਣ ਲੱਗਾ ਤੇ ਇਹਨਾਂ ਸ਼ਹੀਦ ਸਿੰਘਾਂ ਦੀ ਚਰਣਾ ਵਿੱਚ ਪਿਆਰ ਭਰੀ ਪੇਟਾ ਰੱਖਣ ਲੱਗਾ ਤੁਸੀਂ ਪ੍ਰਵਾਨ ਕਰਿਓ ਤੇ ਬੇਨਤੀ ਹੈ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਿਉਂਕਿ ਦਾਸ ਲਗਾਤਾਰ ਬੇਨਤੀ ਕਰਦਾ ਹੀ ਹੁੰਦਾ ਹੈ ਕਿਉਂ ਕਿਉਂਕਿ ਆਪਾਂ ਮਾੜੀਆਂ ਚੀਜ਼ਾਂ ਬੜਾ ਲੋਕਾਂ ਤੱਕ ਸਪਰੈਡ ਕਰਦੇ ਆ ਜਦੋਂ ਮਾੜੀਆਂ ਚੀਜ਼ਾਂ ਫੈਲਾਵਾਂਗੇ ਨਾ ਸੈਂਡ ਕਰਾਂਗੇ ਨਾ ਫਿਰ ਮਾੜਾ ਹੀ ਕੰਮ ਸਾਡੇ ਨਾਲ ਹੋਵੇਗਾ ਜਿੱਦੋਂ ਚੰਗੀ ਚੀਜ਼ ਕੋਈ ਸੱਚਾਈ ਵਾਲੀ ਚੀਜ਼ ਕੋਈ ਹੱਕ ਦੀ ਚੀਜ਼ ਚੰਗੀ ਚੀਜ਼ ਫਲਾਵਾਂਗੇ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇਗਾ ਫਿਰ ਸਾਡਾ ਵੀ ਭਲਾ ਹੋਵੇਗਾ ਫਿਰ ਖੁਸ਼ੀਆਂ ਵੀ ਸਾਡੇ ਘਰ ਵਿੱਚ ਆਉਣਗੀਆਂ ਇਹ ਸ਼ਰਧਾਂ ਚਲੀ ਜਾਣਾ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਪ੍ਰੇਮ ਭਰੀ ਭੇਟਾ ਇਹ ਤੁਹਾਡੀ ਵੀ ਭੇਟਾ ਪਰਵਾਨ ਹੋਏ ਹੋਵੇਗੀ ਜਿਉਂ-ਜਿਉਂ ਤੁਸੀਂ ਲੋਕਾਂ ਤੱਕ ਪਹੁੰਚਾਓਗੇ ਮੈਂ ਉਹਨਾਂ ਦੇ ਸ਼ਹੀਦਾਂ ਦੀ ਯਾਦ ਵਿੱਚ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਅੱਲਾ ਯਾਰਖਾ ਯੂਗੀ ਹੋਇਆ ਬੜਾ ਬਾ ਕਮਾਲ ਉਹਨੇ ਲਿਖਿਆ ਹੈ ਇੰਨੀ ਸਿਫਤ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਉਸ ਯੋਗੀ ਨੇ ਇੰਨੀ ਸਿਫਤ ਕੀਤੀ ਬਾ ਕਮਾਲ ਉਹ ਮਹਾਨ ਯੋਗੀ ਕਹਿੰਦਾ ਹੈ ਕਹਿੰਦਾ ਏਕ ਹੀ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲਈ ਕਹਿੰਦਾ ਇਹ ਦੁਨੀਆ ਦੇ ਲੋਕ ਹੋਣਗੇ 68 ਤੀਰਥ ਹਿੰਦੁਸਤਾਨ ਦੇ ਵਿੱਚ ਤੁਸੀਂ ਜਾਣਦੇ ਜੇ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਪਰ ਮੈਂ ਤੁਹਾਨੂੰ ਦੱਸਦਾ ਕੇਵਲ ਇੱਕੋ ਹੀ ਤੀਰਥ ਜੇ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਨਸਾਨ ਉੱਥੇ ਨਹੀਂ ਨਾ ਗਿਆ ਉਹਦੀ ਜ਼ਿੰਦਗੀ ਬੇਮਾਇਨੇ ਆ ਕੇਵਲ ਇੱਕੋ ਹੀ ਤੀਰਥ ਹੈ ਉਹ ਕਿਹੜਾ ਕਟਾਏ ਬਾਪ ਨੇ بیٹے ਯਹਾਂ ਖੁਦਾ ਕੇ ਲਈ ਜਿੱਥੇ ਆਪ ਖੁਦ ਇੱਕ ਪਿਓ ਨੇ ਆਪਣੇ ਪੁੱਤਰਾਂ ਨੂੰ ਕਟਾ ਦਿੱਤਾ ਐਸਾ ਤੀਰਥ ਹੋਰ ਕਿਤੇ ਵੀ ਨਹੀਂ ਹੈ ਕਿਉਂ ਕਟਵਾਇਆ ਕੋਈ ਆਪਣਾ ਪਿਓ ਪਿਓ ਆਪਣੇ ਪੁੱਤਰਾਂ ਨੂੰ ਕਟਵਾਉਂਦਾ ਹੈ ਮੋਤ ਵੱਲ ਠੇਕੇਲਦਾ ਨਹੀਂ ਕੋਈ ਨਹੀਂ ਤੇ ਠੇਕੇਲਦਾ ਕੋਈ ਨਹੀਂ ਠੇਕੇਲਦਾ ਜੀ ਚਾਰ ਪੁੱਤਰ ਸੋਹਣੇ ਸੁਨੱਖੇ ਗੁਣਵਾਨ ਸਤਗੁਰੂ ਜੀ ਨੇ ਸਾਡੇ ਤੇ ਨਿਸ਼ਾਵਰ ਕਰ ਦਿੱਤੇ ਕੌਮ ਉਤੇ ਨਿਸ਼ਾਵਰ ਕਰ ਦਿੱਤੇ ਸੱਚ ਉਤੇ ਨਿਸ਼ਾਵਰ ਕਰ ਦਿੱਤੇ ਕਿਸੇ ਨੇ ਪੁੱਛਿਆ ਸਤਗੁਰੂ ਜੀ ਕੀ ਲੋੜ ਪੈ ਗਈ ਤੁਹਾਨੂੰ ਕੀ ਲੋੜ ਪੈ ਗਈ ਤਾਂ ਸਤਗੁਰੂ ਜੀ ਨੇ ਦੱਸਿਆ ਸਤਗੁਰੂ ਜੀ ਕਹਿੰਦੇ ਕਿ ਬਾਪ ਕੋ ਕਟਾਇਆ ਹੈ ਬੇਟੋ ਕੋ ਕਟਾਉਂਗਾ ਨਾਨਕ ਕਾ ਬਾਗ ਖੂਨੇ ਜਿਗਰ ਸੇ ਖਿਲਾਉਂਗਾ ਕਹਿੰਦੇ ਮੈਂ ਆਪਣੇ ਪਿਓ ਨੂੰ ਵੀ ਕਟਵਾਇਆ ਸੀ ਪਿਓ ਨੂੰ ਵੀ ਭੇਜਿਆ ਸੀ ਸ਼ਹਾਦਤ ਵਾਸਤੇ ਆਪਣੇ ਬੇਟਿਆਂ ਨੂੰ ਵੀ ਭੇਜਣ ਲੱਗਾ ਕਿਉਂ ਕਿ ਮੈਂ ਗੁਰੂ ਨਾਨਕ ਦਾ ਬਾਗ ਨੂੰ ਹੋਰ ਖਿਲਾਉਣਾ ਚਾਹੁੰਦਾ ਹੈ ਗੁਰੂ ਨਾਨਕ ਦੇ ਬਾਗ ਨੂੰ ਬਚਾਉਣ ਵਾਸਤੇ ਖੂਨ ਦੇਣਾ ਹੀ ਪੈਣਾ ਹੈ ਖੂਨ ਦੇਣਾ ਪੈਣਾ ਹੈ ਬੜਾ ਮਹਿੰਗਾ ਬਾਗ ਬਣਿਆ ਹੈ ਬੜੇ ਭਾਤ ਭਾਤ ਦੇ ਫੁੱਲ ਅਸੀਂ ਬਚਾਏ ਨਹੀਂ ਅੱਜ ਸਾਨੂੰ ਲੋੜ ਹੈ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਕਿਉਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੇ ਕਿਉਂ ਇੱਕ ਪਿਓ ਨੇ ਆਪਣਾ ਸਾਰਾ ਪਰਿਵਾਰ ਹੀ ਵਾਰ ਦਿੱਤਾ ਕੁਝ ਕਾਰਨ ਹੋਏਗਾ ਕੋਈ ਰੀਜ਼ਨ ਹੋਵੇਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਪੁੱਤਰਾਂ ਨੂੰ ਕਹਿੰਦੇ ਹਨ ਪੁੱਤਰ ਜਾਓ ਤੁਸੀਂ ਸ਼ਹੀਦੀਆਂ ਦਿਓ ਸ਼ਹੀਦੀਆਂ ਦਿਓ ਲੋੜ ਹੈ ਲੋੜ ਹੈ ਜਾਓ ਸ਼ਹੀਦੀਆਂ ਦਿਓ ਹਮਨੇ ਹੀ ਕਿਹਾ ਥਾ ਬਾਪ ਕੋ ਜਾਂ ਦਿਜੀਏ ਧਰਮ ਪਰ ਅਬ ਆਪ ਕੋ ਕਹਤੇ ਹਨ ਜਾਂ ਦਿਜੀਏ ਧਰਮ ਪਰ ਸਤਗੁਰੂ ਕਹਿੰਦੇ ਮੈਂ ਹੀ ਪਹਿਲਾਂ ਕਿਹਾ ਸੀ ਆਪਣੇ ਪਿਤਾ ਨੂੰ ਕਿ ਤੁਹਾਨੂੰ ਧਰਮ ਵਾਸਤੇ ਕੁਰਬਾਨ ਹੋਣਾ ਪੈਣਾ ਹੈ ਜਦੋਂ 9 ਸਾਲ ਦੀ ਉਮਰ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਦੀ ਆਏ ਸਨ ਕਸ਼ਮੀਰੀ ਪੰਡਤ ਉਸ ਵੇਲੇ ਵਿਚਾਰ ਚੱਲ ਗਿਆ ਕਿ ਔਰੰਗਜ਼ੇਬ ਤਾਂ ਸਾਰਿਆਂ ਨੂੰ ਬਣਾਉਣਾ ਚਾਹੁੰਦਾ ਹੈ ਮੁਸਲਮਾਨ ਬਚਾ ਲਓ ਤਾਂ ਸਤਗੁਰੂ ਜੀ ਨੇ ਉਸ ਸਮੇਂ ਕਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਬਚ ਸਕਦਾ ਹੈ ਇਹ ਸੱਚ ਬਚ ਸਕਦਾ ਹੈ ਪਰ ਕਿਸੇ ਮਹਾਨ ਪੁਰਸ਼ ਨੂੰ ਆਪਣਾ ਸਿਰ ਦੇਣਾ ਪਵੇਗਾ ਤਾਂ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸਨ ਉਸ ਸਮੇਂ ਤੇ ਲਾਗੇ ਖਲੋਤੇ ਸਨ ਕਿ ਆਸੀ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਦੋ ਸਿਰ ਬਚਾਓ ਤਾਂ ਉਸ ਸਮੇਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਪੁੱਤਰ ਤੂੰ ਅਨਾਥ ਹੋ ਜਾਵੇਂਗਾ ਤੇਰੇ ਸਿਰ ਉੱਤੇ ਪਿਓ ਦਾ ਸਾਆ ਨਹੀਂ ਰਹੇਗਾ ਫਿਰ ਕੀ ਕਰੇਗਾ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਪਿਤਾ ਜੀ ਜੀ ਮੇਰੇ ਇੱਕ ਅਨਾਥ ਹੋਣ ਦੇ ਨਾਲ ਲੱਖਾਂ ਕਰੋੜਾਂ ਅਨਾਥ ਹੁਣ ਬੱਜਣਗੇ ਤੇ ਮੈਂ ਅਨਾਥ ਹੋਣਾ ਮੈਨੂੰ ਮਨਜ਼ੂਰ ਹੈ ਜੇ ਮੇਰਾ ਇੱਕ ਬਾਪ ਚਲੇ ਜਾਣ ਦੇ ਨਾਲ ਹਿੰਦੁਸਤਾਨ ਦੇ ਸਾਰੇ ਪੁੱਤਰਾਂ ਦੇ ਬਾਪ ਬੱਜ ਜਾਣਗੇ ਤੇ ਮੈਨੂੰ ਪਰਵਾਹ ਨਹੀਂ ਸਤਗੁਰ ਨੇ ਗਲਵਕੜੀ ਵਿੱਚ ਲੈ ਲਿਆ ਕਹਿੰਦੇ ਉਦੋਂ ਹੀ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਸੀ ਹੁਣ ਤੁਹਾਨੂੰ ਵੀ ਕਹਿ ਰਿਹਾ ਲੋੜ ਹੈ ਲੋੜ ਹੈ ਨਾਨਕ ਦੇ ਬਾਗ ਨੂੰ ਖਿਲਾਉਣ ਵਾਸਤੇ ਲੋੜ ਹੈ ਲੋੜ ਹੈ ਦਿਓ ਛੀਦੀਆਂ ਦਿਓ ਤਾਂ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਤਿਆਰ ਹੋ ਗਏ ਤਿਆਰ ਹੋ ਗਏ ਜਾਣ ਵਾਸਤੇ ਸਤਗੁਰੂ ਬੰਦ ਸਿੰਘ ਜੀ ਨੇ ਕਿਹਾ ਪੁੱਤਰ ਇੱਕ ਮੇਰੀ ਗੱਲ ਸੁਣ ਕੇ ਜਾਓ ਤੁਸੀਂ ਜਾ ਰਹੇ ਹੋ ਜੰਗ ਦੇ ਮੈਦਾਨ ਦੇ ਵਿੱਚ ਹੱਥ ਜੋੜੇ ਕੀ ਸਤਗੁਰੂ ਕਹਿੰਦੇ ਮੇਰੀ ਇੱਕ ਖੁਆਇਸ਼ ਹੈ ਹਰ ਇੱਕ ਪਿਓ ਦੀ ਖੁਆਇਸ਼ ਹੁੰਦੀ ਪੁੱਤਰ ਦੇ ਪ੍ਰਤੀ ਮੇਰੀ ਵੀ ਇੱਕ ਖੁਆਇਸ਼ ਹੈ ਖੁਆਇਸ਼ ਸੁਣਦੇ ਜਾਓ ਮੇਰੀ ਖੁਆਇਸ਼ ਪੂਰੀ ਕਰਨੀ ਜੇ ਪੁੱਤਰਾਂ ਨੇ ਕਿਹਾ ਦੱਸੋ ਕਲਗੀ ਤਰਪਾਛ ਪਿਤਾ ਜੀ ਕੀ ਖੁਆਇਸ਼ ਹੈ ਤੁਹਾਡੀ ਤਾਂ ਸਤਗੁਰੂ ਜੀ ਨੇ ਦੱਸਿਆ ਸਤਗੁਰੂ ਕਹਿੰਦੇ ਇਹ ਖੁਆਇਸ਼ ਹੈ ਮੇਰੀ ਤੇਗ ਚਲਾਤੇ ਹੋਏ ਦੇਖੋ ਸਤਗੁਰ ਕਹਿੰਦੇ ਮੇਰੀਆਂ ਦੂਖ ਖੁਆਇਸ਼ਾਂ ਨੇ ਪੁੱਤਰੋ ਸੁਣ ਲਓ ਇੱਕ ਖੁਆਇਸ਼ ਤੇ ਉਹ ਆ ਕਿ ਤੁਹਾਨੂੰ ਜੰਗ ਦੇ ਮੈਦਾਨ ਦੇ ਵਿੱਚ ਮੈਂ ਤੇਗ ਚਲਾਉਂਦੇ ਵੇਖਣਾ ਚਾਹੁੰਨਾ ਹੈ ਆਹੂ ਲਾਉਂਦੇ ਵੇਖਣਾ ਚਾਹੁੰਨਾ ਹੈ ਮੈਂ ਤੁਹਾਨੂੰ ਵੈਰੀਆਂ ਦੇ ਸਿਰ ਧੜ ਤੋਂ ਅਲੱਗ ਹੁੰਦੇ ਵੇਖਣਾ ਚਾਹੁੰਨਾ ਹੈ ਤੁਸੀਂ ਜੁੱਜੂ ਆਪਣਾ ਤੀਰ ਕਮਾਨ ਫੜ ਕੇ ਆਪਣਾ ਨੀਜਾ ਫੜ ਕੇ ਆਪਣਾ ਬਰਸ਼ਾ ਫੜ ਕੇ ਕਿਰਪਾਨ ਫੜ ਕੇ ਜਾਓ ਜੰਗ ਦੇ ਮੈਦਾਨ ਵਿੱਚ ਲੜੋ ਵੈਰੀਆਂ ਨੂੰ ਮਾਰੋ ਖਤਮ ਕਰ ਦਿਓ ਇਸ ਪਾਪ ਨੂੰ ਖਤਮ ਕਰ ਦਿਓ ਇਸ ਬਰਿਆਈ ਨੂੰ ਝੂਠ ਨੂੰ ਇਹ ਖੁਆਇਸ਼ ਹੈ ਮੇਰੀ ਤੇਗ ਚਲਾਤੇ ਹੋਏ ਦੇਖੂ ਇਸ ਆਂਖ ਸੇ ਬਰਸ਼ੀ ਤੁਮੇ ਖਾਤੇ ਹੋਏ ਦੇਖੂ ਸਤਗੁਰ ਕਹਿੰਦੇ ਇੱਕ ਦੂਜੀ ਖੁਆਇਸ਼ ਮੇਰੀ ਇਹ ਵੀ ਹੈ ਕਿ ਤੁਹਾਨੂੰ ਮੈਂ ਸ਼ਹੀਦ ਹੁੰਦੇ ਹੋਏ ਵੇਖਾਂ ਤੁਹਾਡੇ ਸੀਨੇ ਦੇ ਵਿੱਚ ਬਰਸ਼ੀ ਵੱਜਦੇ ਹੋਏ ਮੈਂ ਵੇਖਾਂ ਤੁਹਾਨੂੰ ਸ਼ਹਾਦਤ ਦਾ ਜਾਮ ਪਿੰਦੇ ਹੋਏ ਵੇਖਾਂ ਲੋ ਸਿਧਾਰੋ ਤੁਮ ਕੋ ਕਰਤਾਰ ਕੋ ਸੌਪਾ ਮਰ ਜਾਓ ਜਾਂ ਮਾਰੋ ਤੁਮੇ ਕਰਤਾਰ ਕੋ ਸੌਪਾ ਸਤਿਗੁਰ ਕਹਿੰਦੇ ਤੁਹਾਨੂੰ ਮੈਂ ਕਰਤਾਰ ਨੂੰ ਸੌਂਪ ਦਿੱਤਾ ਹੈ ਪਰਮਾਤਮਾ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਹੈ ਜਾਂ ਮਰ ਜਾਓ ਤੇ ਜਾਂ ਮਾਰੋ ਐਨਾ ਵੱਡਾ ਦਿਲ ਐਨਾ ਵੱਡਾ ਸੀਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਐਨਾ ਵੱਡਾ ਸੀਨਾ ਦੋ ਪੁੱਤਰ ਸੀ ਦੋਗੇ ਦੋ ਪੁੱਤਰ ਛੋਟੇ ਛੋਟੀਆਂ ਉਮਰਾਂ ਠੰਡ ਅਤ ਦੀ ਹੈ ਠੰਡੇ ਬੁਰਜ ਦੇ ਵਿੱਚ ਬੈਠੇ ਹਨ ਇੱਕ ਬੁੱਢੀ ਮਾਂ ਬਜ਼ੁਰਗ ਮਾਤਾ ਨਾ ਫਰਸ਼ ਤੇ ਬਿਸ਼ੌਨ ਨੂੰ ਕੋਈ ਗਰਮ ਚੀਜ਼ ਐ ਠੰਡੇ ਫਰਸ਼ ਉੱਤੇ ਬੈਠੇ ਆ ਇੱਕ ਬਜ਼ੁਰਗ ਮਾਤਾ ਉਸ ਬਜ਼ੁਰਗ ਮਾਤਾ ਦੀ ਗੋਦੀ ਦੇ ਵਿੱਚ ਦੋ ਲਾਲ ਬੈਠੇ ਹਨ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੋ ਲਾਲ ਬੈਠੇ ਆ ਐਨੀ ਸੀਤ ਲਹਿਰ ਚੱਲ ਰਹੀ ਐ ਇਹੀ ਦਿਨੇ ਨੇ ਪੂਹ ਦੇ ਦਿਨੇ ਨੇ ਠੰਡੀਆਂ ਹਵਾਵਾਂ ਉਹ ਠੰਡੇ ਬੁਰਜ ਦੇ ਵਿੱਚੋਂ ਤੋਂ ਠੰਡਾ ਬੁਰਜ ਐਨੀਆਂ ਠੰਡੀਆਂ ਹਵਾਵਾਂ ਦੇ ਨਾਲ ਬੁੱਲ ਨੀਲੇ ਹੋ ਗਏ ਹੱਥ ਪੈਰ ਸੁੱਜ ਗਏ ਕਿ ਠੰਡ ਬਜ਼ੁਰਗਾਂ ਨੂੰ ਜ਼ਿਆਦੀ ਲੱਗਦੀ ਤੇ ਬੱਚਿਆਂ ਨੂੰ ਜ਼ਿਆਦਾ ਲੱਗਦੀ ਹੈ। ਨਾ ਉੱਪਰੋਂ ਓੜ ਨੂੰ ਕੋਈ ਚੀਜ਼ ਹੈ। ਇੱਕ ਮਾਤਾ ਜੀ ਕੋ ਚਾਦਰ ਹੈ। ਸ਼ਾਲ ਕਹਿ ਸਕਦੇ ਆਪਾਂ ਉਸ ਸ਼ਾਲ ਦੀ ਬੁੱਕਲ ਦੇ ਵਿੱਚ ਆਪਣੇ ਦੋਵੇਂ ਲਾੜਦਿਆਂ ਨੂੰ ਲਕਾਇਆ ਹੈ। ਤੇ ਧਰਮ ਦੀਆਂ ਗੱਲਾਂ ਸਮਝਾ ਰਹੇ ਹਨ। ਆਪਣੇ ਦਾਦੇ ਹਿੰਦੀ ਚਾਦਰ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜੀ ਦੇ ਸ਼ਹਾਦਤ ਦੇ ਸੂਰਬੀਰਾਂ ਦੇ ਕਿੱਸੇ ਸੁਣਾ ਰਹੇ ਹਨ। ਤੇ ਜਿਹੜੀਆਂ ਸ਼ਹਾਦਤਾਂ ਉਹਨਾਂ ਬੱਚਿਆਂ ਨੇ ਕੀਤੀਆਂ ਨਾ ਉਹਨਾਂ ਸ਼ਹਾਦਤਾਂ ਸਾਹਮਣੇ ਸਾਰੀਆਂ ਸ਼ਹਾਦਤਾਂ ਫਿੱਕੀਆਂ ਨੇ ਆਪਾਂ ਨੂੰ ਤੇ ਇਹਨਾ ਪਤਾ ਨਹੀਂ ਹਾਂ ਵਿੱਚ ਸ਼ਹੀਦ ਹੋ ਗਏ ਪਰ ਇੱਕ ਦੁੰਨਾ ਸਿੰਘ ਹੰਡੂਰੀਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਸਮੇਂ ਵਾਕਿਆ ਨਵੀਸ ਉਹਨੇ ਸਭ ਕੁਝ ਲਿਖਿਆ ਹੈ ਸਭ ਕੁਝ ਲਿਖਿਆ ਹੈ ਉਹਨੇ ਕਿੰਦਾ ਕਿ ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਸਾਬ ਜਿਆਦਿਆਂ ਨੂੰ ਕੋੜੇ ਮਾਰੇ ਗਏ ਸੈਂਟਿਆਂ ਨਾਲ ਕੁੱਟਿਆ ਗਿਆ ਇੱਕ ਦਰਖਤ ਨਾ ਬਣ ਕੇ ਉਹਨਾਂ ਨੂੰ ਗਲੇਲੇ ਮਾਰੇਗੇ ਇੱਕ ਗਲੇਲਾ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਵੀ ਲੱਗਾ ਖੂਨ ਵੀ ਵਗਣ ਲੱਗ ਪਿਆ ਘੜੀਸ ਕੇ ਲੈ ਕੇ ਜਾਂਦੇ ਦਰਬਾਰ ਦੇ ਵਿੱਚ ਕੁੱਟਦੇ ਕੁੱਟਦੇ ਫਿਰ ਸ਼ਹਾਦਤ ਦਾ ਜਾਮ ਪੀਉਂਦੇ ਇਹਨਾਂ ਨੂੰ ਤੇ ਉਹ ਸਾਬ ਜਾਦੇ ਸਤਨਾਮ ਕਰਦੇ ਬੋਲੇ ਸੁਨੇਹਾਲ ਦੇ ਨਾਰੇ ਲਾਉਂਦੇ ਲਾਉਂਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਇੱਥੋਂ ਕੀ ਸਿੱਖਿਆ ਮਿਲਦੀ ਸਾਨੂੰ ਇਨ੍ਹਾਂ ਸ਼ਹੀਦਿਆਂ ਤੋਂ ਕਿਉਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਕੋਈ ਕਾਰਨ ਹੋਵੇਗਾ ਕੀ ਲੋੜ ਪਈ ਸੀ ਕੀ ਲੋੜ ਪੈਸੀ ਆਜਾਸੀ ਨਿਗ ਮਾਰ ਰਹੇ ਆ ਨਾ ਉਹ ਤਾਂ ਨਿਗ ਮਾਰ ਰਹੇ ਆ ਕਿਸੇ ਨੇ ਆਪਣੇ ਹਿੱਸੇ ਦਾ ਨਿਗ ਸਾਡੀ ਝੋਲੀ ਵਿੱਚ ਪਾਇਆ ਕਿਸੇ ਨੇ ਆਪਣੇ ਹਿੱਸੇ ਦਾ ਨਿਗ ਸਾਡੀ ਝੋਲੀ ਵਿੱਚ ਪਾ ਦਿੱਤਾ ਕਿਸੇ ਮਾਤਾ ਨੇ ਕਿਸੇ ਮਾਤਾ ਨੇ ਆਪਣੇ ਝੋਲੀ ਦੀ ਜਿਹੜੀ ਨਿਗ ਆ ਆਪਣੇ ਹਿੱਸੇ ਦੀ ਰਜਾਈ ਨਾ ਸਾਡੇ ਉੱਤੇ ਦੇ ਦਿੱਤੀ ਹੈ ਸਾਡੀਆਂ ਮਾਤਾਵਾਂ ਉੱਤੇ ਤਾਂ ਤਾਂ ਧਰਮ ਬਚਿਆ ਪਰ ਸਿਉ ਧਰਮ ਦੀ ਬਚਾ ਨਹੀਂ ਕਰ ਰਿਹਾ ਧਰਮ ਦੀ ਖਾਤਰ ਹੱਕ ਦੀ ਖਾਤਰ ਸੱਚ ਦੀ ਖਾਤਰ ਇੰਨੀਆਂ ਸ਼ਹਾਤਾਂ ਹੋ ਗਈਆਂ ਆਪਾਂ ਹਰ ਸਮੇਂ ਹਰ ਵੇਲੇ ਹਰ ਸਾਲ ਬਾਦੇ ਜੂੜ ਮਿਲੇ ਮਨਾਉਨੇ ਆ ਪਰ ਕਦੀ ਵੀ ਵੇਖਣਾ ਚਾਹੀਦਾ ਸਾਡੀ ਜ਼ਿੰਦਗੀ ਵਿੱਚ ਬਦਲਾਅ ਆਇਆ ਕਿ ਅਸੀਂ ਵੀ ਉਸੇ ਤਰ੍ਹਾਂ ਜੂਝਣਾ ਸ਼ੁਰੂ ਕੀਤਾ ਕਿ ਅਸੀਂ ਵੀ ਸੱਚ ਤੇ ਪਹਿਰਾ ਦੇਣਾ ਸ਼ੁਰੂ ਕੀਤਾ ਕਿ ਅਸੀਂ ਵੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਾਈ ਵੇਖੋ ਅੱਜ ਕਿਸਾਨ ਅੰਦੋਲਨ ਕਿੱਡੇ ਜ਼ੋਰ ਨਾਲ ਚੱਲ ਰਿਹਾ ਹੈ ਅੱਜ ਉਹੀ ਦਿਨ ਨੇ ਉਸ ਸਮੇਂ ਆਨਦਪੁਰ ਸਾਹਿਬ ਦੇ ਕਿਲੇ ਦੇ ਵਿੱਚ 8 ਮਹੀਨੇ ਘੇਰਾ ਪਿਆ ਰਿਆ ਖਾਣ ਨੂੰ ਕੁਝ ਨਹੀਂ ਸੀ ਅਜ ਲੰਗਰਾਂ ਦੇ ਤਾਂਤੇ ਲੱਗੇ ਨੇ ਅਜ ਦੁਸ਼ਮਣ ਨੂੰ ਵੀ ਲੰਗਰ ਖਵਾ ਰਹੇ ਨੇ ਸਾਡੇ ਸਾਰੇ ਵੀਰ ਸਾਰਾ ਮੁਲਕ ਇਕੱਠਾ ਹੋ ਗਿਆ ਏ ਉਹ ਕਿਸਾਨ ਅੰਦੋਲਨ ਉਹੀ ਦਿਨ ਅੱਜ ਉਹ ਵੀ ਹੱਕ ਸੱਚ ਦੀ ਲੜਾਈ ਲੜੀ ਜਾ ਰਹੀ ਹੈ ਤਾਂ ਮੈਂ ਕਿ ਵੀ ਅਪੀਲ ਕਰਾਂਗਾ ਸਭ ਨੂੰ ਕਿ ਸਾਰੇ ਇੱਕ ਹੋਈਏ ਇਹ ਜਿਹੜੇ ਉਹ ਪੈਤੜੇ અપਨਾਏ ਜਾ ਰਹੇ ਹਨਾ ਪਾੜਨ ਵਾਸਤੇ ਇਸ ਪੈਤੜਿਆਂ ਤੋਂ ਬਚੀਏ ਅਫਵਾਹਾਂ ਤੋਂ ਬਚੀਏ ਕਿ ਹੱਕ ਸੱਚ ਦੀ ਲੜਾਈ ਸਾਨੂੰ ਸਤਿਗੁਰਾਂ ਨੇ ਕਰਨੀ ਸਿਖਾਈ ਹੈ ਕਰਨੀ ਸਿਖਾਈ ਹੈ ਇਹ ਉਹੀ ਦਿਨੇ ਨੇ ਤੇ ਜਿਹੜਾ ਤੇ ਹੱਕ ਸੱਚ ਲਈ ਕਿਸੇ ਵੀ ਤਰੀਕੇ ਨਾਲ ਲੜ ਰਿਹਾ ਹੈ ਜੂਝ ਰਿਹਾ ਹੈ ਉਹ ਤੇ ਫਿਰ ਉਹਨਾਂ ਸ਼ਹੀਦਾਂ ਦੇ ਚਰਨਾ ਦੇ ਧੂੜੀ ਦਾ ਪਾਤਰ ਬਣਦਾ ਹੈ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੇ ਘਰ ਵਿੱਚ ਆਉਣਗੇ ਉਹਨਾਂ ਦਾ ਆਸ਼ੀਰਵਾਦ ਉਹਨੂੰ ਲੱਗੇਗਾ ਤੇ ਜਿਹੜਾ ਨਹੀਂ ਬੱਸ ਕਹਿੰਦਾ ਕੁਝ ਵੀ ਨਹੀਂ ਹੈ ਉਹ ਫਿਰ ਕੁਝ ਵੀ ਨਹੀਂ ਉਹਦੇ ਪੱਲੇ ਕੁਝ ਨਹੀਂ ਪੈਣਾ ਸਭ ਨੂੰ ਇੱਕ ਨਾ ਇੱਕ ਵਰੀ ਸਾਲ ਚ ਇੱਕ ਦੋ ਵਰੀ ਤਾਂ ਉਸ ਅਸਥਾਨ ਤੇ ਜਾਣਾ ਹੀ ਚਾਹੀਦਾ ਹੈ ਉਸ ਅਸਥਾਨ ਦੀ ਚਰਨਾ ਦੀ ਧੂੜੀ ਆਪਣੇ ਮੱਥੇ ਤੇ ਲਾਉਣੀ ਚਾਹੀਦੀ ਹੈ ਮੱਥੇ ਤੇ ਲਾਉਣੀ ਚਾਹੀਦੀ ਹੈ ਉਹ ਐਸਾ ਬਾਦਸ਼ਾਹ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹ-ਸ਼ਹਨ-ਸ਼ਹਾ ਗੁਰੂ ਗੋਬਿੰਦ ਸਿੰਘ ਐਸੇ ਦੀਨ ਦੁਨੀਆ ਦੇ ਮਾਲਕ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਆਪਣਾ ਪਿਤਾ ਵੀ ਪੇਟ ਕਰ ਦਿੱਤਾ ਆਪਣੀ ਮਾਤਾ ਵੀ ਆਪਣੇ ਬੱਚੇ ਵੀ ਆਪਣੀਆਂ ਮਹਿਲ ਮਾੜੀਆਂ ਆਪਣੇ ਘੋੜਾ ਆਪਣਾ ਬਾਜ ਆਪਣੇ ਕਿਲੇ ਤੇ ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਚੱਲ ਰਹੇ ਨੇ 4 ਦਿਨ ਦਾ ਕੁਝ ਖਾਧਾ ਵੀ ਨਹੀਂ ਹੈ ਉੱਥੇ ਇੱਕ ਪੱਥਰ ਦੀ ਸੇਲ ਉੱਤੇ ਆਰਾਮ ਦੇ ਨਾਲ ਬੈਠੇ ਲੇਟੇ ਹੋਣ ਤੇ ਸਤਿਗੁਰ ਦਾ ਸ਼ੁਕਰਾਨਾ ਕਰਦੇ ਬੋਲ ਬੋਲ ਰਹੇ ਹਨ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਉਡਣ 나ਗ ਨਿਵਾਸਾਂ ਦੇ ਰਹਿਣਾ ਕਮਾਲ ਦੀ ਗੱਲ ਐ ਐਸੇ ਦੀਨ ਦੁਨੀਆ ਦੇ ਮਾਲਕ ਦੇ ਚਰਨਾਂ ਵਿੱਚ ਨਮਸਕਾਰ ਕਰੀਏ ਤੇ ਹੱਕ ਸੱਚ ਤੇ ਪਹਿਰਾ ਦਈਏ ਹੱਕ ਸੱਚ ਤੇ ਪਹਿਰਾ ਦਈਏ ਕਿ ਸਿਫਤਾਂ ਬੜੀਆਂ ਨੇ ਸਿਫਤਾਂ ਬੜੀਆਂ ਨੇ ਸਿਫਤਾਂ ਜਿੰਨੀਆਂ ਵਿੱਚ ਕੋ ਉਨੀਆਂ ਥੋੜੀਆਂ ਨੇ ਬਸ ਇੱਕੋ ਇਹੀ ਬੇਨਤੀ ਪ੍ਰਵਾਨ ਕਰਿਓ ਕਿ ਕਿੱਦਾਂ ਵੀ ਹੋ ਸਕੇ ਆਪਣੇ ਧੀਆਂ ਪੁੱਤਰਾਂ ਨੂੰ ਬਚਾਲੀਏ ਆਪਣੇ ਧੀਆਂ ਪੁੱਤਰਾਂ ਨੂੰ ਬਚਾ ਲਿਓਗੇ ਧਰਮ ਘਰੋਂ ਸ਼ੁਰੂ ਹੁੰਦਾ ਹੈ ਆਂਡੀਆਂ ਗਵਾਂਡੀਆਂ ਦੂਜਿਆਂ ਨੂੰ ਸਮਝਾਉਣ ਤੋਂ ਪਹਿਲਾਂ ਆਪਾਂ ਆਪਣੇ ਘਰ ਵਿੱਚ ਚਾਤੀ ਮਾਰੇ ਕਿ ਸਾਡੇ ਘਰ ਵਿੱਚ ਧਰਮ ਪਰ ਪੱਕ ਹੈ ਸਾਡਾ ਪਰਿਵਾਰ ਧਰਮ ਵਿੱਚ ਪੱਕਾ ਹੈ ਸਾਡੇ ਬੱਚੇ ਧਰਮ ਵਿੱਚ ਪੱਕੇ ਹਨ ਕੀ ਅਸੀਂ ਧਰਮ ਤੇ ਪੈਰਾ ਦੇ ਰਹੇ ਹਾਂ ਤੇ ਜੇ ਅਸੀਂ ਵੀ ਸਵੇਰੇ 8 8 9 9 ਵਜੇ ਉੱਠ ਰਹੇ ਹਾਂ ਗੁਰਦੁਆਰੇ ਜਾ ਨਹੀਂ ਰਹੇ ਪਾਠ ਅਸੀਂ ਕਰ ਨਹੀਂ ਰਹੇ ਤੇ ਫਿਰ ਸਾਡਾ ਵੀ ਕੀ ਫਾਇਦਾ ਅਸੀਂ ਵੀ ਝੂਠਾਂ ਬੰਦਿਆਂ ਦਾ ਸਾਥ ਦੇ ਰਹੇ ਹਾਂ ਠੱਗੀਆਂ ਅਸੀਂ ਕਰੀ ਜਾਂਦੇ ਚੁਗਲੀਆਂ ਅਸੀਂ ਕਰੀ ਜਾਂਦੇ ਆ ਲੋਕਾਂ ਦਾ ਦਿਲ ਅਸੀਂ ਦਿਖਾਈ ਜਾਂਦੇ ਫਿਰ ਕੀ ਫਾਇਦਾ ਤਾਂ ਇਨਾ ਸ਼ਹੀਦੀ ਜੋੜ ਮਿਲੈ ਨੂੰ ਬਣਾਉਣ ਦਾ ਇਹ ਮਕਸਦ ਹੁੰਦਾ ਹੈ ਕਿ ਜੋ ਗੁਣ ਜੋ ਪੈਰਾ ਉਹਨਾਂ ਸਾਬ ਜਦਾਂ ਨੇ ਦਿੱਤਾ ਨਾ ਸ਼ਹੀਦ ਸਿੰਘਾਂ ਨੇ ਦਿੱਤਾ ਉਹੀ ਗੁਣ ਉਹੀ ਪੈਰਾ ਅਸੀਂ ਵੀ ਦਈਏ ਉਸ ਸੱਚ ਉਤੇ ਅਸੀਂ ਵੀ ਹੋ ਕਾ ਦਈਏ ਅਸੀਂ ਵੀ ਉਸ ਸੱਚ ਉਤੇ ਪੈਰਾ ਦਿੰਦੇ ਹੋਏ ਕੁਰਬਾਨ ਹੋ ਜਾਈਏ ਕੁਰਬਾਨ ਹੋ ਜਾਈਏ ਕੁਰਬਾਨ ਹੋ ਜਾਈਏ ਇਹ ਬੇਨਤੀ ਇਹ ਸੇਵਾ ਪ੍ਰਵਾਨ ਕਰਿਓ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ